ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਟੋਪਿਕ ਰੱਖਾਂਗੇ ਅਕਲੀਫਾ ਪਲਾਂਟ। ਅਕਲੀਫਾ ਪਲਾਂਟ 'ਤੇ ਮੇਰੇ ਕੋਲ 4 ਕਲਰ ਆ। ਸਭ ਤੋਂ ਪਹਿਲਾਂ ਇਹਦੇ ਲੀਫ ਇਸ ਤਰ੍ਹਾਂ ਹੁੰਦੇ ਆ, ਵੈਰੀਗੇਸ਼ਨ, ਔਰ ਵਿੱਚ ਹੈਗੀ ਇੱਕ ਰੈੱਡ ਲਾਈਨ, ਔਰ ਇਸਦੇ ਫਲਾਵਰ ਇਹ ਵਾਲੇ ਜੋ ਕਿ ਟਾਈਮ ਨਹੀਂ ਮਿਲਿਆ, ਕੱਟ ਨਹੀਂ ਹੋਏ। ਦੂਸਰਾ ਅਕਲੀਫਾ, ਇਹਦੇ ਲੀਫ ਰੈੱਡ ਲਾਈਨ ਔਰ ਇੰਜ ਆਣਗੇ, ਇਸੇ ਤਰ੍ਹਾਂ ਰਹੇਗਾ ਗੋਲਡਨ, ਔਰ ਇਸ ਤਰ੍ਹਾਂ ਦਾ ਪੈਟਰਨ ਬਣੇਗਾ ਇਹਦੇ ਵਿੱਚ। ਇਹਦੇ ਵੀ ਫਲਾਵਰਸ ਰੈੱਡ ਆਉਂਦੇ ਆ। ਥਰਡ 'ਤੇ ਬਹੁਤ ਸੁੰਦਰ ਇਹਦੀ ਲੀਫ ਇੰਜ ਕਰਲੀ ਸਾਈਡ ਆਉਂਦੀ, ਦੇਖ ਹੀ ਸਕਦੇ ਆ ਕਿ ਕਰਲੀ ਆ, ਔਰ ਇਸਦੇ ਫਲਾਵਰ ਇਸ ਤਰ੍ਹਾਂ ਆਉਂਦੇ ਆ। ਬਹੁਤ ਓਲਡ ਪਲਾਂਟ ਆ, ਬਾਅਦ ਵਿੱਚ ਦਿਖਾਉਂਦੇ ਹਾਂ। ਫੋਰਥ ਨੰਬਰ 'ਤੇ ਇਹ ਵਾਲਾ ਐਕਲਿਫ, ਔਰ ਇਸਦੇ ਜੋ ਇਸ ਸਾਈਡ ਆ ਇਹ ਛਾਇਆ 'ਚ ਰੱਖਣ 'ਚ ਨਾ, ਫੁੱਲੀ ਸ਼ੇਡ 'ਚ ਰੱਖਣ ਕਰਕੇ ਇਸਦੇ ਸਾਈਡ ਜੋ ਕਿ ਇੰਜਾ ਆ, ਵੈਸੇ ਇਹਦੇ ਸਾਈਡ ਪਿੰਕ ਆਉਂਦੇ ਆ। ਜਿਸ ਜਿਸ ਕੋਲ ਪਲਾਂਟ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ ਇਸਦੇ ਇਹ ਸਾਈਡ ਬਾਉਂਡਰੀ ਆ ਜੋ ਪਿੰਕ ਆਏਗੀ, ਇਹ ਫੁੱਲੀ ਸ਼ੇਡ ਦੇ ਵਿੱਚ ਹੋਣ ਕਰਕੇ ਇਸਦੀ ਸਾਈਡ ਆਫ ਵਾਈਟ ਆ, ਔਰ ਇਸਦੇ ਲੀਫ ਵੀ ਕਰਲੀ ਆ। ਮੋਰਨਿੰਗ ਟਾਈਮ ਆ, ਹਜੇ ਮੈਂ ਪਾਣੀ ਨਹੀਂ ਦਿੱਤਾ ਪਲਾਂਟਸ ਨੂੰ। ਇਸਦੀ ਸੋਇਲ ਵੈਲ ਡਰੇਨ ਆ ਫਰੈਂਡਸ, ਮੈਂ ਦਿਖਾਉਂਦੀ ਹਾਂ, ਬਿਲਕੁਲ ਵੈਲ ਡਰੇਨ ਆ। ਔਰ ਸਾਰੇ ਪਲਾਂਟਸ ਦੇ ਵਿੱਚ ਆਲਮੋਸਟ ਇਸੇ ਤਰ੍ਹਾਂ ਦੀ ਸੋਇਲ ਆ ਇਸਦੇ ਵਿੱਚ ਵੀ। ਇਸ ਤਿੰਨੋਂ ਪਲਾਂਟ ਹੈ ਜੋ ਕਿ ਫੁੱਲ ਸਨਲਾਈਟ ਦੇ ਵਿੱਚ ਮੋਰਨਿੰਗ, ਇਹਨਾਂ ਨੂੰ 6 ਵਜੇ ਤੋਂ ਲੈ ਕੇ 11-12 ਵਜੇ ਤੱਕ ਫੁੱਲ ਸਨਲਾਈਟ ਵਿੱਚ ਰਹਿੰਦੇ ਆ, ਔਰ ਇਸਦੇ ਕੋਈ ਵੀ ਲੀਫ ਵਰਨ ਹੋਇਆ ਤੁਹਾਨੂੰ ਨਹੀਂ ਮਿਲ ਰਿਹਾ, ਨਹੀਂ ਮਿਲੇਗਾ, ਕਿਉਂਕਿ ਇਹ ਫੁੱਲ ਸਨਲਾਈਟ ਦਾ ਪਲਾਂਟ ਆ। ਔਰ ਵਾਟਰ ਦੀ ਰਿਕੁਆਇਰਮੈਂਟ ਥੋੜ੍ਹੀ ਬਹੁਤੀ ਹੈਗੀ ਆ, ਜ਼ਿਆਦਾ ਨਹੀਂ, ਕਿਉਂਕਿ ਮੈਂ ਸਵੇਰੇ ਇਹਨਾਂ ਨੂੰ ਡੇਲੀ ਪਾਣੀ ਦਿੰਦੀ ਹਾਂ ਪਲਾਂਟਸ ਨੂੰ, ਔਰ ਫਿਰ ਨੈਕਸਟ ਦੇ ਦਿੰਦੀ ਹਾਂ। ਹੈਲਥੀ ਪਲਾਂਟ ਆ, ਕਾਫੀ ਓਲਡ ਪਲਾਂਟ ਆ, ਈਜ਼ੀ ਟੂ ਕੇਅਰ ਆ, ਔਰ ਕਟਿੰਗ ਤੋਂ ਬਹੁਤ ਜਲਦੀ ਤਿਆਰ ਹੋ ਜਾਂਦੇ ਆ। ਮੈਂ ਇਸ ਪਲਾਂਟ ਨੂੰ ਬਹੁਤ ਜਗ੍ਹਾ, ਮੇਰੀ ਕਟਿੰਗ ਏਰੀਆ ਜੋ ਬਹੁਤ ਲਗਾ ਰੱਖਿਆ ਆ, ਔਰ 4-5 ਸਾਲ ਤੋਂ ਇਹ ਪਲਾਂਟ ਮੇਰੇ ਕੋਲ ਆ। ਮੈਂ ਬਹੁਤ ਸਾਰੀਆਂ ਫਰੈਂਡਸ ਨੂੰ ਇਹ ਪਲਾਂਟ ਸ਼ੇਅਰ ਵੀ ਕੀਤਾ ਆ, ਈਜ਼ੀ ਗਰੋ ਆ, ਪਰ ਇੱਥੇ ਕਦੀ ਕਦੀ ਮਿਲੀ ਵਗ ਦਾ ਅਟੈਕ ਬਹੁਤ ਜ਼ਿਆਦਾ ਹੋ ਜਾਂਦਾ ਆ, ਤਾਂ ਆਪਾਂ ਨੂੰ ਇਹਦਾ ਧਿਆਨ ਰੱਖਣਾ ਪੈਂਦਾ ਹੈ। ਫੁੱਲ ਸਨਲਾਈਟ ਵਿੱਚ ਤਾਂ ਨਹੀਂ ਹੋ ਰਿਹਾ, ਕਿਉਂਕਿ ਜਦੋਂ ਮੈਨੂੰ ਛਾਇਆ 'ਚ ਰੱਖਦਾ ਤਾਂ ਫਿਰ ਜ਼ਰੂਰ ਹੋਏਗਾ, ਪਰ ਮੇਰੇ ਜੋ ਕਟਿੰਗ ਏਰੀਆ ਆ ਉੱਥੇ ਬਹੁਤ ਜ਼ਿਆਦਾ ਅਟੈਕ ਹੋਣ ਨੂੰ ਮਿਲਦਾ ਆ, ਮੈਨੂੰ ਬਹੁਤ ਧਿਆਨ ਰੱਖਣਾ ਪੈਂਦਾ। ਜੋ ਇਹਨਾਂ ਦੇ ਮਦਰ ਪਲਾਂਟ ਆ ਉਹ ਤਾਂ 3-3 ਫੀਟ ਤੋਂ ਉੱਚੇ ਹੋਏ ਹੋਏ ਆ, ਇਹਨਾਂ ਨੂੰ ਵੁਸ਼ੀ ਬਣਾਉਣ ਲਈ ਸਿਰਫ ਮੈਂ ਇਹਨਾਂ ਦੇ ਫਲਾਵਰਾਂ ਦੀ ਹੀ ਪਿੰਚਿੰਗ ਕਰਦੀ ਰਹਿੰਦੀ ਹਾਂ, ਅਤੇ ਇਸ ਨਾਲ ਇਹ ਪਲਾਂਟ ਵੁਸ਼ੀ ਬਣੀ ਜਾ ਰਹੇ ਆ। ਓਕੇ ਫਰੈਂਡਸ, ਵੀਡੀਓ ਪਸੰਦ ਆਏ ਤਾਂ ਲਾਈਕ, ਸ਼ੇਅਰ, ਕਮੈਂਟ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕਸ ਐਵਰੀਵਨ, ਬਾਏ।